a South Asian Canadian channel. ਬੇਅਦਬੀ ਮਾਮਲਿਆਂ ਵਿੱਚ ਨਾ ਆਉਣ ਤੋਂ ਬਾਅਦ ਅੱਜ ਪੂਰੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਅਕਾਲੀਆਂ ਵੱਲੋਂ ਕੀਤੇ ਗਏ। ਪੰਜਾਬ ਭਰ ਵਿੱਚ ਲਗਭਗ ਹਰ ਜ਼ਿਲ੍ਹੇ ਦੇ ਪ੍ਰਧਾਨ ਦੀ ਅਗਵਾਈ ਵਿੱਚ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਪੁਤਲੇ ਫੂਕੇ ਗਏ। ਇਹ ਤਸਵੀਰਾਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅੰਮ੍ਰਿਤਸਰ, ਫਿਰੋਜ਼ਪੁਰ, ਬਰਨਾਲਾ, ਜਲੰਧਰ ਤੇ ਲੁਧਿਆਣਾ ਤੇ ਹੋਰ ਵੱਖ ਵੱਖ ਜ਼ਿਲ੍ਹਿਆਂ ਤੋਂ ਨੇ, ਜਿੱਥੇ ਅਕਾਲੀ ਦਲ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਖਿਲਾਫ ਗੁੱਸਾ ਹੈ, ਜਿਸ ਵਿੱਚ ਉਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਪੁਤਲਿਆਂ ਨੂੰ ਸਾੜਿਆ ਗਿਆ ਤੇ ਆਪਣਾ ਰੋਸ ਸਰਕਾਰ ਖਿਲਾਫ ਪ੍ਰਗਟ ਕੀਤਾ ਗਿਆ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਦੋਂ ਤੋਂ ਵਿਧਾਨ ਸਭਾ ਵਿੱਚ ਰੱਖੀ ਗਈ, ਉਸੇ ਦਿਨ ਤੋਂ ਅਕਾਲੀ ਦਲ ਦੇ ਖਿਲਾਫ ਪੰਜਾਬ ਭਰ ਵਿੱਚ ਰਾਜਨੀਤਿਕ ਪਾਰਟੀਆਂ ਦੇ ਨਾਲ ਆਮ ਲੋਕਾਂ ਵੱਲੋਂ ਵੀ ਅਕਾਲੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਦਾ ਮੂੰਹ ਤੋੜ ਜਵਾਬ ਦੇਣ ਲਈ ਅਕਾਲੀ ਦਲ ਵੱਲੋਂ ਅੱਜ ਦੇ ਦਿਨ ਪੰਜਾਬ ਭਰ ਵਿੱਚ ਪੁਤਲੇ ਫੂਕੇ ਜਾ ਰਹੇ ਨੇ। ਅਕਾਲੀ ਲੀਡਰਾਂ ਨੇ ਕਿਹਾ ਹੈ ਕਿ ਸਰਕਾਰ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਉਹਨਾਂ ਦੇ ਲੀਡਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ, ਪਰ ਅਕਾਲੀ ਦਲ ਕਿਸੇ ਤੋਂ ਡਰਨ ਵਾਲਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬੋਲਣ ਨਹੀਂ ਦਿੱਤਾ, ਆਪਦਾ ਪੱਖ ਨਹੀਂ ਰੱਖਣ ਦਿੱਤਾ, ਜੋ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਕੋਈ ਕਿਤੇ ਉੱਥੇ ਉਹਦੇ ਵਿੱਚ ਗੁਨਾਹਗਾਰ ਹੈ, ਜਾਂ ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਜੋ ਗਲਤ ਸ਼ਬਦੀ ਬੋਲੀ ਹੈ ਉਹ ਮੇਰੇ ਖਿਆਲ ਨਿੰਦਿਆ ਯੋਗ ਹੈ। ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ, ਸੁਨੀਲ ਜਾਖੜ ਦੇ, ਰਾਹੁਲ ਗਾਂਧੀ ਦੇ, ਰਣਜੀਤ ਸਿੰਘ ਜਿਹੜਾ ਕਮਿਸ਼ਨ ਦਾ ਇੰਚਾਰਜ ਸੀ, ਦਾਦੂਵਾਲ, ਸੁੱਖੀ ਰੰਧਾਵਾ, ਆਲ ਦੈਟ ਜਿਹੜੇ ਇਹਨਾਂ ਨੇ ਇਕੱਠੇ ਹੋ ਕੇ ਇੱਕ ਗੇਮ ਖੇਡੀ ਜੋ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ, ਫਿਰ ਵੀ ਉਸ 500 ਪੇਜਾਂ ਦੀ ਰਿਪੋਰਟ ਦੇ ਵਿੱਚ ਨੋਟ ਹੈ, ਸਿੰਗਲ ਲਾਈਨ ਵੀ ਅਕਾਲੀ ਦਲ ਦੇ ਵੱਡੇ ਲੀਡਰਾਂ ਜਾਂ ਹੋਰ ਕਿਸੇ ਅਹੁਦੇਦਾਰਾਂ ਦੇ ਖਿਲਾਫ਼ ਇਹ ਲਿਖ ਨਹੀਂ ਸਕੇ। ਇਹਦੇ 'ਤੇ ਸਿਆਸੀਕਰਨ ਹੋ ਰਿਹਾ, ਜਿਹੜਾ ਦੁਖਾਂਤ ਹੈ ਨਾ, ਇਹਦੇ 'ਤੇ ਸਿਆਸੀਕਰਨ ਕਰਕੇ ਹੁਣ ਬਾਦਲ ਸਾਹਿਬ ਦੀ ਦੇਖੋ ਤਾਂ ਸਹੀ, 5 ਵਾਰੀ ਮੁੱਖ ਮੰਤਰੀ ਰਹਿ ਲਏ, ਕਿੰਨੀ ਲੰਬੀ ਸੇਵਾ ਉਹਨਾਂ ਦੀ, ਇੱਕ ਸੈਂਸਿਟਿਵ ਮਸਲਾ ਚੱਕ ਕੇ ਤੁਸੀਂ ਉਹਦਾ ਸਿਆਸੀਕਰਨ ਕਰਕੇ ਬੰਦੇ ਦੀ ਤੁਸੀਂ ਸਾਰੀ ਕੀਤੀ ਕਰਾਈ 'ਤੇ ਪਾਣੀ ਪਾ ਰਹੇ ਹੋ। ਹੁਣ ਵਿਧਾਨ ਸਭਾ ਇਹਨਾਂ ਕੰਮਾਂ ਲਈ ਬਣਿਆ ਵੇ, ਜਿਹੜਾ ਫਲੋਰ ਆਫ ਦਾ ਹਾਊਸ ਹੈ, ਬੜਾ ਪਵਿੱਤਰ ਸਦਨ ਹੈ, ਉੱਥੇ ਤੁਸੀਂ ਇੰਨੀਆਂ ਕੁਝ ਹੀ ਸਿਆਸਤ ਕਰੋ, ਫਿਰ ਦੁਖਾਂਤ ਹੈ, ਸਾਰਾ ਪੰਜਾਬ ਔਖਾ ਹੈ ਇਸ ਗੱਲਾਂ। ਅੱਜ ਜਿਹੜਾ ਅਸੀਂ ਇੱਥੇ ਪੁਤਲਾ ਫੂਕੇ ਹੈਗੇ ਨਾ, ਕੈਪਟਨ ਸਰਕਾਰ ਦੇ, ਕੈਪਟਨ ਦੇ ਅਤੇ ਸੁਨੀਲ ਜਾਖੜ ਦੇ, ਜਿਹੜਾ ਸਦਨ ਦੇ ਵਿੱਚ ਇਤਨੀ ਮਾੜੀ ਸ਼ਬਦਾਵਲੀ ਵਰਤੀ ਆ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼, ਉਹਨਾਂ ਦੀ ਉਮਰ ਦਾ ਲਿਹਾਜ਼ ਨਹੀਂ ਕੀਤਾ, ਉਹਨਾਂ ਦੇ 5 ਸਾਲ ਦੀ ਸੇਵਾ ਦਾ ਲਿਹਾਜ਼ ਨਹੀਂ ਕੀਤਾ ਗਿਆ, ਸੋ ਇਸ ਕਰਕੇ ਜਿਹੜੀ ਪੰਥਕ ਜਥੇਬੰਦੀਆਂ ਹੈਗੀਆਂ ਨੇ ਇਹ ਉਹਨਾਂ ਨੂੰ ਕਦੀ ਵੀ ਨਹੀਂ ਬਖਸ਼ਣਗੀਆਂ। ਮੈਂ ਅੱਜ ਕੈਪਟਨ ਸਰਕਾਰ ਨੂੰ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਕੈਪਟਨ ਸਾਹਿਬ, ਤੁਸੀਂ ਬਬਲ ਕਲਾ ਕਾਂਡ ਵਾਲਿਆਂ ਨੂੰ ਜਿਹੜਾ 1-1 ਕਰੋੜ ਰੁਪਈਆ ਦਿੱਤਾ, ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ, ਤੁਸੀਂ ਵਧਾਈ ਦੇ ਪਾਤਰ ਹੋ। ਪਰ ਅੱਜ ਮੈਂ ਉਹਨਾਂ ਵਿਧਵਾਵਾਂ ਬੀਬੀਆਂ ਦਾ, ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਂ, ਮੇਰੀਆਂ ਬੱਚੀਆਂ ਜਿਹੜੀਆਂ 34 ਸਾਲ ਤੋਂ ਇਸ ਚੀਜ਼ ਨੂੰ ਦੇਖ ਰਹੀਆਂ, ਕਿਹੜਾ ਕੋਈ ਲੀਡਰ ਆਏਗਾ ਜਿਹੜਾ ਸਾਨੂੰ ਹੱਕ ਦਵਾਏਗਾ, ਜਿਹੜੀ ਸਾਡੇ ਹੱਕ ਦੀ ਲੜਾਈ ਲੜੇਗਾ। ਸੋ ਕਿਰਪਾ ਕਰਕੇ ਜਿਹੜਾ ਇਹ ਬੇਬਲ ਕਲਾ ਕਾਂਡ ਦੇ, ਜਿਵੇਂ 1 ਕਰੋੜ ਰੁਪਈਆ ਤੁਸੀਂ ਮਨਜ਼ੂਰ ਕੀਤਾ, 50 ਲੱਖ ਰੁਪਈਆ ਜਿਹੜਾ ਜ਼ਖਮੀਆਂ ਨੂੰ ਦੇਣਾ ਮਨਜ਼ੂਰ ਕੀਤਾ, ਇਸ ਤਰ੍ਹਾਂ ਹੀ ਤੁਸੀਂ 84 ਦੇ ਪੀੜਤਾਂ ਨੂੰ, ਜਿਹੜੀਆਂ ਵਿਧਵਾਵਾਂ, ਮੇਰੀਆਂ ਭੈਣਾਂ, ਮੇਰੀਆਂ ਧੀਆਂ, ਮੇਰੀਆਂ ਬੱਚੀਆਂ ਹੋਈਆਂ, ਉਹਨਾਂ ਨੂੰ 1-1 ਕਰੋੜ ਰੁਪਈਏ ਦੀ ਗ੍ਰਾਂਟ ਮੁਹੱਈਆ ਕਰਵਾਈ ਜਾਵੇ ਪੰਜਾਬ ਸਰਕਾਰ ਵੱਲੋਂ, ਜ਼ਖਮੀਆਂ ਨੂੰ 50-50 ਲੱਖ ਰੁਪਈਆ ਦਿੱਤਾ ਜਾਵੇ, ਉਹਨਾਂ ਦੇ ਮੁੜ ਵਸੇਵੇ ਦਾ ਇਹ ਜਿਹੜਾ ਹੈਗਾ ਕੰਮ ਕੀਤਾ ਜਾਵੇ। ਬੇਬਲ ਕਲਾਂ ਦੇ ਵਿੱਚ ਜਿਹੜੇ ਜਥੇਦਾਰ ਬੈਠੇ ਆ, ਜਿਹੜੇ ਆਪਣੇ ਆਪ ਨੂੰ ਸਿੱਖ ਕਵਾਉਂਦੇ ਆ, ਮੈਂ ਅੱਜ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਆਪਣੇ ਇਸ TV ਦੇ ਮਾਧਿਅਮ ਤੋਂ ਕਿ ਤੁਸੀਂ ਉਹ 84 ਦੇ ਵਿੱਚ ਜਿਹੜੇ ਸੈਂਕੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਪੈਰਾਂ ਦੇ ਤਲੇ ਪੰਨੇ ਰੋਲੇ ਗਏ, ਨਾਲੀਆਂ ਦੇ ਵਿੱਚ ਪੰਨੇ ਸੁੱਟੇ ਗਏ, ਉਹ ਗੁਰੂ ਗ੍ਰੰਥ ਸਾਹਿਬ ਨਹੀਂ ਸਨ, ਉਹਨਾਂ ਦੀ ਇੱਜ਼ਤ ਕੌਣ ਬਹਾਲ ਕਰਵਾਏਗਾ। A South Asian Canadian channel.